Yes, that's exactly how many people in Punjab and other areas in India are feeling. Punjab is well known for its rapid industrialization. The net state domestic product has increased threefold. Punjab is also one of the largest rice and wheat producers in India. Majority of all industries in Punjab use coal as the main fuel. PM levels are above maximum permissible limit in almost all cities in Punjab. But to find out how the livelihood of people is affected, I went to friends, family and the worst affected. ਹਵਾ ਨੂੰ ਪ੍ਰਦੂਸ਼ਣ ਕਰਨ ਦਾ ਕਾਰਨ ਹੈ ਜਿਵੇਂ ਕਾਰਖਾਨੇ ਚ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਰੁੱਖਾਂ ਨੂੰ ਕੱਟਣ ਦਾ ਕਾਰਨ ਪੁਰਾਣੀ ਮਸ਼ੀਨਰੀ ਹੈ ਉਹ ਬਹੁਤ ਜ਼ਿਆਦਾ ਮਹਿੰਗੀ ਹੈ ਜਿਵੇਂ ਸੁਪਰ ਸੀਡਰ ਹੋ ਗਿਆ ਹੈਪੀ ਸੀਡਰ ਹੋ ਗਿਆ ਮਸ਼ੀਨਾਂ ਦੀ ਕੀਮਤ ਇੰਨੀ ਜ਼ਿਆਦਾ ਹੈ ਜਿਹੜੀ ਜ਼ਿਮੀਦਾਰ ਅਫੋਰਡ ਨਹੀਂ ਕਰ ਸਕਦਾ ਇਸ ਕਰਕੇ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਜਦੋਂ ਕਿਸੇ ਸ਼ਹਿਰ ਤੋਂ ਪਿੰਡ ਨੂੰ ਆਉਂਦੇ ਹੋ ਤਾਂ ਤੁਹਾਡਾ ਕਮ ਸੇ ਕਮ ਵੀ 5 ਡਿਗਰੀ ਸੈਲਸੀਅਸ ਘਟ ਜਾਂਦਾ ਤਾਂ ਫਿਰ ਜੇ ਪਿੰਡਾਂ ਵਿੱਚ ਪੋਲੂਸ਼ਨ ਠੀਕ ਹੈ ਤਾਂ ਕੀ ਕਿਸਾਨ ਜ਼ਿੰਮੇਵਾਰ ਨੇ ਪਰਾਲੀ ਵਾਲੇ ਦਿਨਾਂ ਦੀ ਗੱਲ ਕਰ ਲਓ ਤੇ ਬਾਕੀ ਆਮ ਪਿੰਡਾਂ ਦੇ ਵਿੱਚ ਵੇਖ ਲਓ ਤੁਸੀਂ ਅੱਜ ਵੀ ਚਾਰਜ ਫਿਰੇ ਦੇ ਕਿਸਾਨ ਜ਼ਿੰਮੇਵਾਰ ਨਹੀਂ ਕਿਸੇ ਤੇ ਇਲਜ਼ਾਮ ਲਾਉਣਾ ਸੌਖਾ ਹੈ ਤੁਸੀਂ ਆਪਣੇ ਅੰਦਰ ਵੀ ਝਾਤੀ ਮਾਰ ਕੇ ਤੁਸੀਂ ਕਿੰਨਾ ਪੋਲੂਸ਼ਨ ਕਰਦੇ ਹੋ ਲਾਰਜ ਨੰਬਰ ਆਫ ਪੇਸ਼ੈਂਟ ਸਫਰਿੰਗ ਫਰਮ ਅਸਥਮਾ ਅਲਰਜੀ ਬ੍ਰੋਂਕਾਈਟਿਸ ਐਟੋਪਿਕ ਡਰਮੇਟਾਈਟਿਸ ਡਿਊ ਟੂ ਪੋਲੂਸ਼ਨ ਸਾਹ ਨਹੀਂ ਲੈ ਸਕਦੇ ਆ ਛੋਟੇ ਛੋਟੇ ਮੁੰਡੇ ਹੈਗੇ ਕੁੜੀਆਂ ਹੈਗੀ ਉਹਨਾਂ ਨੂੰ ਦਮਾ ਹੋ ਰਿਹਾ ਹੈ ਸਾਡੇ ਬਜ਼ੁਰਗ ਤੇ ਬਿਲਕੁਲ ਹੀ ਨਹੀਂ ਨਿਕਲ ਸਕਦੇ ਨੇ ਬੱਚਾ ਮੇਰਾ ਛੋਟਾ ਜਿਹਾ ਬੱਚਾ ਹੈ 10 ਸਾਲ ਦਾ ਸਟੈਬਿਲਾਈਜ਼ ਕਰਨਾ ਪੈਂਦਾ ਸਾਰੇ ਨਵੰਬਰ ਚ ਮੈਨੂੰ ਤਿੰਨ ਵਾਰੀ ਪੀਪਲ ਫੇਸ ਦੇ ਦੈਟ ਵੈਨ ਦੇ ਕਮ ਟੂ ਇੰਡੀਆ ਫਰਮ ਸਮਵੇਅਰ ਆਊਟਸਾਈਡ ਦੇ ਟੈਂਡ ਟੂ ਫਾਲ ਇਲ ਪੋਲੂਸ਼ਨ ਅਰਾਊਂਡ ਹਿਅਰ ਆਈ ਫੈਲ ਅ ਬਿਟ ਆਫ ਲਾਈਕ ਫਲੂ ਮੈਂ ਬਾਸਕਟਬਾਲ ਖੇਡਦਾ ਸੀ ਹਰ ਰੋਜ਼ ਜਾਂਦੇ ਵੇ ਲੇਕਿਨ ਅੱਜ ਕੱਲ ਪੋਲੂਸ਼ਨ ਇਤਨਾ ਜ਼ਿਆਦਾ ਵੱਧ ਗਿਆ ਹੈ ਕਿ ਮੈਂ ਬਾਸਕਟਬਾਲ ਨਹੀਂ ਖੇਡ ਪਾ ਰਹਾ ਪੋਲੂਸ਼ਨ ਕੱਟ ਹੋ ਜਾਏਗੀ ਸਾਰੇ ਦੇ ਸਾਰੇ ਬਜ਼ੁਰਗਾਂ ਨੂੰ ਵੀ ਫਾਇਦਾ ਹੋ ਜਾਏ ਸਾਰਾ ਦਾ ਸਾਰਾ ਠੀਕ ਹੋ ਜਾਏ ਅਮਰੀਕਾ ਦੀ ਤਰ੍ਹਾਂ ਸਾਡੇ ਵੀ ਬਸ ਪੋਲੂਸ਼ਨ ਦਹਵੇ ਹੀ ਨਾ ਵੀ ਨੀਡ ਟੂ ਟੇਕ ਅਰਜੈਂਟ ਐਕਸ਼ਨ ਸੋ ਐਸ ਟੂ ਲੀਡ ਅ ਹੈਲਦੀ ਐਂਡ ਸਸਟੇਨੇਬਲ ਲਾਈਫ ਇਟ ਇਸ ਕਲੀਅਰ ਦੈਟ ਦ ਪੀਪਲ ਆਫ ਪੰਜਾਬ ਆਰ ਸਫਰਿੰਗ A survey conducted by me among 100 people showed how people are affected physically and mentally. But all is not lost. The fight against Punjab air pollution requires all efforts, from scientific innovations to social awareness, to you and belief that all of us can bring about change to a better Punjab.